ਸਾਰਿਆਂ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਐ ਇਸ ਵੇਲੇ ਅਸੀਂ ਸੈਕਰਾਮੈਂਟੋ ਵਿਖੇ ਜਿਹੜੀ ਆ ਉਹ ਸਟਾਕਟਨ ਬੁਲੇਵਾਰਡ ਦੇ ਉੱਪਰ ਖੜੇ ਆ ਤੇ ਸਾਰਿਆਂ ਦੋਸਤਾਂ ਨੂੰ ਜੋਧਬੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਾਲ ਮੇਰੇ ਕੈਲੀਫੋਰਨੀਆ ਤੋਂ ਗਲੋਬਲ ਪੰਜਾਬ ਚੀਫ ਬਿਊਰੋ ਜਗਦੇਵ ਸਿੰਘ ਪੰਡਾਲ ਵੱਡੇ ਵੀਰ ਉਹਨਾਂ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦੋਸਤੋ ਜਿਵੇਂ ਗੱਲ ਕਰਦੇ ਹੁੰਦੇ ਕਿ ਅੱਜ ਵਾਕਿਆ ਹੀ ਸੋਹਣੀ ਤੇ ਸੁਹਾਗੇ ਵਾਲੀ ਗੱਲ ਜਿਹੜੀ ਉਹ ਬਣੀ ਪਈ ਆ ਕਿਉਂਕਿ ਸਾਡੇ ਸਮਾਜ ਦਾ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਆ ਜੀ ਸੋਨਾ ਤੇ ਜਿਹੜੇ ਗਹਿਣੇ ਆ ਉਹ ਚਾਹੇ ਸਾਡੇ ਦੁੱਖ ਤੇ ਸੁੱਖ ਦੇ ਦੋਵਾਂ ਦੇ ਨਾਲ ਜੁੜਿਆ ਹੋਇਆ ਸਾਡੇ ਰਸਮਾਂ ਰਿਵਾਜਾਂ ਦੇ ਨਾਲ ਜੁੜਿਆ ਹੋਇਆ ਜਦੋਂ ਕਿਤੇ ਖੁਸ਼ੀ ਦੇ ਮੌਕੇ ਹੁੰਦੇ ਆ ਉਦੋਂ ਵੀ ਗਹਿਣਿਆਂ ਦਾ ਜਿਹੜਾ ਦਾਨ ਪ੍ਰਦਾਨ ਕੀਤਾ ਜਾਂਦਾ ਅਤੇ ਇਵੇਂ ਹੀ ਕੁਝ ਗਮੀ ਦੇ ਮੌਕਿਆਂ 'ਤੇ ਵੀ ਜਿਹੜਾ ਉਹ ਗਹਿਣਿਆਂ ਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ ਆ ਸੋ ਅੱਜ ਇਸ ਵੇਲੇ ਅਸੀਂ ਸ਼ੀਨਾ ਜੂਲਰਸ ਦੇ ਉੱਪਰ ਇੱਥੇ ਸੈਕਰਾਮੈਂਟੋ ਅਤੇ ਬੜਾ ਮਸ਼ਹੂਰ ਇਹ ਸਾਡੇ ਸਮੂਹ ਭਾਈਚਾਰੇ ਦੇ ਵਿੱਚ ਸ਼ੀਨਾ ਜੂਲਰਸ ਦੂਰ ਦੂਰ ਤੋਂ ਲੋਕ ਇੱਥੇ ਪਹੁੰਚਦੇ ਨੇ ਅਤੇ ਵੱਖ ਵੱਖ ਡਿਜ਼ਾਈਨ ਅਤੇ ਨਵੇਂ ਡਿਜ਼ਾਈਨ ਜਿਹੜੇ ਉਹ ਲੈਣ ਵਾਸਤੇ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਇੱਥੇ ਪਹੁੰਚਦੀਆਂ ਨੇ ਅਤੇ ਅੱਜ ਥੈਂਕਸ ਗਿਵਿੰਗ ਦੇ ਸਪੈਸ਼ਲ ਇਸ ਜਿਹੜਾ ਇੱਕ ਅਮਰੀਕਾ ਦਾ ਇੱਕ ਤਿਉਹਾਰ ਆ ਉਹਦੇ ਉੱਪਰ ਸ਼ੀਨਾ ਜੂਲਰਸ ਵੱਲੋਂ ਜਿਹੜੀ ਉਹ ਸੋਨੇ 'ਤੇ ਸੇਲ ਲਾ ਦਿੱਤੀ ਗਈ ਆ ਬਿਲਕੁਲ ਜੀ ਸੁਣ 'ਚ ਸ਼ਾਇਦ ਤੁਹਾਨੂੰ ਲੱਗਾ ਹੋਵੇ ਬਿਲਕੁਲ ਜੀ ਸੋਨੇ ਦੇ ਉੱਪਰ ਸੇਲ ਤਾਂ ਹੀ ਮੈਂ ਕਿਹਾ ਕਿ ਸੋਨੇ ਦੇ ਸੁਹਾਗੇ ਵਾਲੀ ਉਹ ਜਿਹੜੀ ਗੱਲ ਹੋਈ ਪਈ ਆ ਅਤੇ ਨਾਲ ਇੱਥੇ ਅੱਜ ਜਿਹੜੇ ਪਹਿਲੇ 30 ਕਸਟਮਰ ਹੋਣੇ ਨੇ ਗਾਹਕ ਹੋਣੇ ਨੇ ਉਹਨਾਂ ਦਾ ਇੱਕ ਸਪੈਸ਼ਲ ਲੱਕੀ ਡਰਾਅ ਵੀ ਕੱਢਿਆ ਜਾਣਾ ਉਸ ਲੱਕੀ ਡਰਾਅ ਦੇ ਵਿੱਚ 4 ਡਾਇਮੰਡ ਜਿਹੜੀਆਂ ਉਹ ਰਿੰਗਸ ਵੀ ਦਿੱਤੀਆਂ ਜਾਣਗੀਆਂ ਅਤੇ ਬਿਲਕੁਲ ਆਪਾਂ ਜਿਹੜਾ ਇਸ ਵੇਲੇ ਸ਼ੀਨਾ ਜੂਲਰਸ ਦੇ ਬਿਲਕੁਲ ਸਾਹਮਣੇ ਅਤੇ ਬਾਕੀ ਜਿਹੜਾ ਉੱਥੋਂ ਅੰਦਰ ਦਾ ਹਾਲ ਉਹ ਤੁਹਾਡੇ ਨਾਲ ਜਿਹੜਾ ਉਹ ਸਾਂਝਾ ਕਰਦੇ ਹਾਂ ਅਤੇ ਇਸ ਵੇਲੇ ਜਿਹੜੀਆਂ ਇਹ ਰੌਣਕਾਂ ਜਿਹੜੀਆਂ ਅੱਜ ਦੀਆਂ ਨੇ ਉਹ ਗਲੋਬਲ ਪੰਜਾਬ ਦੇ ਨਾਲ ਤੁਸੀਂ ਅੱਜ ਵੇਲੇ ਸਤਿ ਸ਼੍ਰੀ ਅਕਾਲ ਜੀ ਅਤੇ ਇਸ ਵੇਲੇ ਗਲੋਬਲ ਪੰਜਾਬ ਦੇ ਨਾਲ ਬਿਲਕੁਲ ਜਿਹੜਾ ਉਹ ਲਾਈਵ ਪ੍ਰਸਾਰਣ ਤੁਹਾਡੇ ਨਾਲ ਸਾਂਝਾ ਕਰਾਂਗੇ ਅਤੇ ਬਿਲਕੁਲ ਜੀ ਇਹ ਸੋਨੇ ਵਾਲੀ ਦੁਕਾਨ ਹੀ ਆ ਅਤੇ ਜਿੱਥੇ ਤੁਸੀਂ ਇਹ ਚਹਿਲ ਬਹਿਲ ਜਿਹੜੀ ਉਹ ਦੇਖ ਸਕਦੇ ਹੋ ਅਤੇ ਇੱਕ ਵਾਰੀ ਪੰਡਾਲ ਸਾਹਿਬ ਕੈਮਰਾ ਜਿਹੜਾ ਉਹ ਘੁਮਾ ਦਿਓ ਸਾਰੇ ਪਾਸੇ ਜਿਹੜੇ ਨਵੇਂ ਨਵੇਂ ਡਿਜ਼ਾਈਨ ਉਹ ਜਿਹੜੀਆਂ ਸਾਡੀਆਂ ਭੈਣਾਂ ਹਾਲੇ ਘਰਾਂ 'ਚ ਬੈਠੀਆਂ ਨੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਅੱਜ ਜਿਹੜੀ ਇੱਥੇ ਸ਼ੀਨਾ ਜੂਲਰਸ ਦੇ ਉੱਪਰ ਸੇਲ ਲੱਗੀ ਆ ਅਤੇ ਸ਼ਾਮ 6 ਵਜੇ ਤੱਕ ਅਤੇ ਕੱਲ੍ਹ ਵੀ ਸਾਰਾ ਦਿਨ ਸੋ 2 ਦਿਨ ਦੀ ਜਿਹੜੀ ਇਹ ਸੇਲ ਅਤੇ ਸ਼ੀਨਾ ਜੂਲਰਸ ਵੱਲੋਂ ਜਿਹੜਾ ਇੱਕ ਖਾਸ ਡਰਾਅ ਕੱਢਿਆ ਜਾਵੇਗਾ ਪਹਿਲੇ ਜਿਹੜੇ 30 ਕਸਟਮਰ ਬਿਲਕੁਲ ਜਿਹੜੇ ਪਹਿਲੇ 30 ਗਾਹਕ ਜਿਹੜੇ ਉਹ ਕੁਛ ਨਾ ਕੁਛ ਜਿਹੜਾ ਉਹ ਕੋਈ ਵੀ ਚੀਜ਼ ਖਰੀਦਣਗੇ ਚਾਹੇ ਟੂਮ ਚਾਹੇ ਛੱਲਾ ਅਤੇ ਚਾਹੇ ਹਾਰ ਅਤੇ ਉਹਨਾਂ ਦਾ ਜਿਹੜਾ ਉਹ ਲੱਕੀ ਡਰਾਅ ਕੱਢਿਆ ਜਾਊਗਾ ਜਿਹਦੇ ਵਿੱਚ ਪਹਿਲੇ ਜਿਹੜੇ 4 ਲੱਕੀ ਨਾਮ ਨਿਕਲਣਗੇ ਉਹਨਾਂ ਨੂੰ ਡਾਇਮੰਡ ਰਿੰਗ ਅਤੇ ਬਾਕੀ ਜਿਹੜੇ 26 ਉਹਨਾਂ ਵਾਸਤੇ ਸਪੈਸ਼ਲ ਜਿਹੜੇ ਉਹ ਵੀ ਉਹਨਾਂ ਵਾਸਤੇ ਪ੍ਰਾਈਜ਼ ਹੋਣਗੇ ਸੋ ਜਿਹੜੀ ਰੌਣਕ ਇਹ ਗਹਿਮਾ ਗਹਿਮੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਅਤੇ ਦੂਰ ਦੂਰ ਤੋਂ ਜਿਹੜੇ ਇੱਥੇ ਉਹ ਲੋਕ ਪਰਿਵਾਰ ਛੋਟੇ ਛੋਟੇ ਬੱਚੇ ਵੀ ਪਹੁੰਚੇ ਹੋਏ ਨੇ ਅਤੇ ਨਾਲ ਜਿਹੜੀ ਉਹ ਆਪਾਂ ਗੱਲਬਾਤ ਵੀ ਕਰਾਂਗੇ ਗੱਲਬਾਤ ਵੀ ਸਾਂਝੀ ਕਰਾਂਗੇ ਅਤੇ ਕੌਣ ਕਿੱਥੋਂ ਕਿੱਥੋਂ ਆਇਆ ਹੋਇਆ ਅਤੇ ਅੱਜ ਕੀ ਜਿਹੜਾ ਉਹ ਖਰੀਦਿਆ ਜਾ ਰਿਹਾ ਅਤੇ ਇਸ ਵੇਲੇ ਕਾਊਂਟਰ ਦੇ ਆਲੇ ਦੁਆਲੇ ਤੁਸੀਂ ਕੈਮਰੇ ਦੇ ਵਿੱਚ ਦੇਖ ਰਹੇ ਹੋ ਅਤੇ ਜਿਹੜੇ ਕਸਟਮਰ ਨੇ ਉਹ ਆਪਣੀ ਪਸੰਦ ਨੂੰ ਦੇਖਦੇ ਹੋਏ ਅਤੇ ਦੇਖੋ ਜੀ ਨਵੇਂ ਜਿਹੜੇ ਉਹ ਡਿਜ਼ਾਈਨ ਇਸ ਵੇਲੇ ਗਲੋਬਲ ਪੰਜਾਬ ਦੇ ਉੱਪਰ ਅਤੇ ਨਾਲ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਇਹ ਸੇਲ ਸਪੈਸ਼ਲ ਥੈਂਕਸ ਗਿਵਿੰਗ ਦੇ ਮੌਕੇ 'ਤੇ ਜਿਵੇਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕੀਤੀ ਕਿ ਅਮਰੀਕਾ ਦਾ ਇੱਕ ਤਿਉਹਾਰ ਔਰ ਇਸ ਤਿਉਹਾਰ ਦੇ ਮੌਕੇ 'ਤੇ ਸਾਡੇ ਭਾਈਚਾਰੇ ਵਾਸਤੇ ਇੱਕ ਸਪੈਸ਼ਲ ਸ਼ੀਨਾ ਜੂਲਰਸ ਵੱਲੋਂ ਜਿਹੜਾ ਅਤੇ ਕੱਲ੍ਹ ਵੀ ਸਾਰਾ ਦਿਨ ਸਵੇਰੇ 9 ਵਜੇ ਤੋਂ ਲੈ ਕੇ ਅਤੇ ਸ਼ਾਮ 6 ਵਜੇ ਤੱਕ ਇਹ ਜਿਹੜੀ ਉਹ ਸੇਲ ਚੱਲਦੀ ਰਹੇਗੀ ਅਤੇ ਇਸ ਵੇਲੇ ਬਿਲਕੁਲ ਜਿਹੜਾ ਮੇਨ ਕਾਊਂਟਰ ਦੇ ਉੱਪਰ ਜਿਹੜੀ ਉਹ ਗਹਿਮਾ ਗਹਿਮੀ ਕਿਉਂਕਿ ਇੱਥੇ ਹੀ ਆਣ ਕੇ ਜਿਹੜੀ ਉਹ ਜਿਹੜੀ ਫਾਈਨਲ ਉਹ ਜਿਹੜੀ ਸੇਲ ਹੁੰਦੀ ਆ ਅਤੇ ਵੀਰ ਜੀ ਹੁਣੀ ਇਸ ਵੇਲੇ ਪੂਰੇ ਬਿਜ਼ੀਨੈਸ ਉਹਨਾਂ ਦੇ ਨਾਲ ਗੱਲਬਾਤ ਆਪਾਂ ਬਾਅਦ ਦੇ ਵਿੱਚ ਕਰਾਂਗੇ ਅਤੇ ਸਾਡੇ ਕੁਝ ਕਸਟਮਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅਤੇ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਮੈਂ ਐਲਗਰੋ ਤੋਂ ਆਇਆ ਜੀ ਸੈਕਰਾਮੈਂਟੋ ਤੋਂ ਕੋਲ ਐਲਗਰੋ ਅੱਛਾ ਜੀ ਅਤੇ ਕੌਣ ਕੌਣ ਪਹੁੰਚੇ ਹੋਏ ਇੱਥੇ ਮੇਰੀ ਨੂਰਾਣੀ ਪਹੁੰਚੀ ਹੋਈ ਆ ਮੇਰੀ ਵਾਈਫ ਪਹੁੰਚੀ ਹੋਈ ਆ ਹੋਰ ਮੇਰੇ ਰਿਸ਼ਤੇਦਾਰ ਕਈ ਘੁੰਮਦੇ ਪਏ ਨੇ ਠੀਕ ਆ ਜੀ ਔਰ ਫਿਰ ਬੜੀ ਕੀ ਖਰੀਦਿਆ ਜਾਊਗਾ ਕੋਈ ਪਲਾਨ ਬਣਾ ਕੇ ਆਏ ਜਾਂ ਇੱਥੇ ਆਣ ਕੇ ਪਸੰਦ ਕਰਨਾ ਹਾਂਜੀ ਇੱਥੇ ਆਣ ਕੇ ਪਸੰਦ ਆਇਆ ਰਿੰਗ ਲਈ ਆ ਹੋਰ ਚੇਨ ਵੀ ਲੈ ਰਹੇ ਹਾਂ ਅੱਛਾ ਜੀ ਅਤੇ ਹੋਰ
ਪਸੰਦ ਆਈ ਤਾਂ ਹੋਰ ਵੀ ਲਵਾਂਗੇ ਤੇ ਫਿਰ ਲੱਕੀ ਡਰਾਅ ਦੇ ਵਿੱਚ ਤੁਹਾਡਾ ਨਾਮ ਪੈ ਚੁੱਕਾ ਹੈ ਮੇਰੇ ਖਿਆਲ ਪੈ ਚੁੱਕਾ ਹੈ ਤੇ ਫਿਰ ਚਾਰ ਜਿਹੜੇ ਉਹ ਡਾਇਮੰਡ ਦੀਆਂ ਰਿੰਗਸ ਵੀ ਨਿਕਲਣੀਆਂ ਨੇ ਤੇ ਬਾਕੀ 26 ਜਿਹੜੇ ਉਹ ਸਪੈਸ਼ਲ ਉਪਹਾਰ ਵੀ ਦਿੱਤੇ ਜਾਣੇ ਨੇ ਸੋ ਦੇਖੋ ਇਟ ਇਜ਼ ਅ ਮੈਟਰ ਆਫ ਚਾਂਸ ਅਗਰ ਮਿਲ ਜਾਏ ਤਾਂ ਬਹੁਤ ਵਧੀਆ ਗੱਲ ਹੈ ਚਲੋ ਜੀ ਸਾਡੇ ਵੱਲੋਂ ਜਿਹੜਾ ਉਹ ਗੁੱਡ ਲੱਕ ਤੇ ਦੇਖਦੇ ਹਾਂ ਕਿ ਜਿਹੜੀ ਉਹ ਚਾਰ ਡਾਇਮੰਡ ਰਿੰਗਸ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਉਹ ਸਾਡੇ ਸਪੈਸ਼ਲ ਕਸਟਮਰ ਨਿਕਲਦੇ ਨੇ ਬਹੁਤ ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਔਰ ਹਿੰਦੀ ਚੱਲੂ ਥੋੜ੍ਹੀ ਥੋੜ੍ਹੀ ਨਹੀਂ ਨਹੀਂ ਪੰਜਾਬੀ ਜੀ ਪੰਜਾਬੀ ਚੱਲੂ ਠੀਕ ਆ ਜੀ ਤੇ ਕਿਹੜੀ ਜਗ੍ਹਾ ਤੋਂ ਆਏ ਆਪਾਂ ਮੈਂ ਸੈਕਰਾਮੈਂਟੋ ਤੋਂ ਜੀ ਵੈਸੇ ਵੈਸੇ ਪਾਕਿਸਤਾਨ ਪੰਜਾਬ ਤੋਂ ਜੀ ਪਾਕਿਸਤਾਨ ਵਾਲੇ ਪੰਜਾਬ ਜੀ ਜੀ ਸਾਡਾ ਲਹਿੰਦਾ ਪੰਜਾਬ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਕਿ ਵਾਗੇ ਦੀ ਏ ਸਰਹੱਦੇ ਤੈਨੂੰ ਤੱਤੀ ਵਾਹ ਨਾ ਲੱਗੇ ਨੀ ਲੱਗਣ ਫੁੱਲ ਗੁਲਾਬ ਦੇ ਤੇਰੇ ਦੋਹੀਂ ਪਾਸੀ ਵੱਸਦੇ ਨੇ ਅੜੀਏ ਪੁੱਤ ਪੰਜਾਬ ਦੇ ਤੇਰੇ ਦੋਹੀਂ ਪਾਸੀ ਵੱਸਦੇ ਨੇ ਅੜੀਏ ਪੁੱਤ ਪੰਜਾਬ ਦੇ ਤੇ ਉਸ ਵੇਲੇ ਪੰਜਾਬ ਦੇ ਕਿਹੜੇ ਇਲਾਕੇ ਤੋਂ ਪੰਜਾਬ ਲਾਹੌਰ ਜੀ ਲਾਹੌਰ ਤੋਂ ਤੇ ਜਿੰਨੇ ਲਾਹੌਰ ਨਹੀਂ ਦੇਖਿਆ ਕਹਿੰਦੇ ਉਹ ਜੰਮਿਆ ਹੀ ਨਹੀਂ ਹਾਂਜੀ ਬਿਲਕੁਲ ਜੀ ਪੇਰੈਂਟਸ ਪੰਜਾਬ ਲਾਇਲਪੁਰ ਤੋਂ ਜੀ ਅੱਛਾ ਜੀ ਤੇ ਹੁਣ ਲਾਹੌਰ ਤੋਂ ਓਕੇ ਜੀ ਤੇ ਫਿਰ ਕੌਣ ਕੌਣ ਆਇਆ ਇੱਥੇ ਤੁਹਾਡੇ ਨਾਲ ਹੋਰ ਮਿਸਿਸ ਨੇ ਤੇ ਬਾਕੀ ਸਿਸਟਰ ਆ ਜੀ ਆਏ ਓਕੇ ਅੱਜ ਸਪੈਸ਼ਲ ਸੇਲ ਲੱਗੀ ਆ ਜੀ ਬਹੁਤ ਵਧੀਆ ਡੀਲਾਂ ਲੱਗੀਆਂ ਜੀ ਤੇ ਪਰਿਵਾਰ ਤੁਹਾਨੂੰ ਇੱਥੇ ਲੈ ਕੇ ਆਇਆ ਜਾਂ ਤੁਸੀਂ ਉਹਨਾਂ ਨੂੰ ਲੈ ਕੇ ਆਏ ਹੋ ਦੋਨੇ ਜੀ ਇੱਕ ਦੂਸਰੇ ਨਾਲ ਤੇ ਮਤਲਬ ਪੂਰੀ ਤਿਆਰੀ 'ਚ ਆਏ ਹਾਂ ਕਿ ਜੇਬਾਂ 'ਚ ਢਿੱਲੀਆਂ ਕਰਕੇ ਜਾਣੀਆਂ ਸ਼ੀਨਾ ਜੂਲਰਸ ਦੇ ਉੱਪਰ ਬਹੁਤ ਸਾਰੇ ਪੂਰੇ ਹਫ਼ਤੇ ਤਿਆਰੀ ਕੀਤੀ ਹੈ ਜੀ ਠੀਕ ਆ ਹਾਂਜੀ ਕੈਸ਼ ਪਹਿਲਾਂ ਕਢਾ ਕੇ ਰੱਖਿਆ ਬੈਂਕ 'ਚੋਂ ਜੀ ਠੀਕ ਆ ਜੀ ਕੈਸ਼ ਪਹਿਲਾਂ ਹੀ ਕਢਾ ਕੇ ਰੱਖਿਆ ਤੇ ਅੱਜ ਫਿਰ ਇੱਥੇ ਜਿਹੜੀਆਂ ਵੰਗਾਂ ਮੇਜ ਆ ਜਾਣਗੀਆਂ ਕਿ ਸਾਰਾ ਤੂੰ ਪੰਜਾਬ ਗਾਲਿਆ ਤੇਰੇ ਵੰਗਾਂ ਮੇਜ ਨਾ ਆਈਆਂ ਪਰ ਹੁਣ ਅਮਰੀਕਾ ਇਹਦੇ ਸੈਕਰਾਮੈਂਟੋ ਦੇ ਵਿੱਚ ਆਉਣਗੀਆਂ ਵੰਗਾਂ ਮੇਜ ਨਹੀਂ ਜੀ ਇੱਥੇ ਦਾ ਅਸੀਂ ਇਹਦਾ $5,000 ਤੋਂ ਉੱਪਰ ਦੀ ਸ਼ਾਪਿੰਗ ਕਰ ਚੁੱਕੇ ਹਾਂ ਜੀ ਵਾਹ ਜੀ ਵਾਹ ਤੇ ਲੱਕੀ ਡਰਾਅ ਦੇ ਵਿੱਚ ਨਾਮ ਪੈ ਚੁੱਕਾ ਤੁਹਾਡਾ ਅੱਗੇ ਹੁਣ ਕਾਊਂਟਰ ਤੇ ਪਤਾ ਲੱਗਣਾ ਜੀ ਠੀਕ ਆ ਜੀ ਇਹ ਕਾਊਂਟਰ ਤੇ ਪਤਾ ਲੱਗੇਗਾ ਤੇ ਬਾਕੀ ਪਰਿਵਾਰ ਤੁਹਾਡਾ ਕਿੱਥੇ ਆ ਮਿਸੇ ਤੁਹਾਡੇ ਤੇ ਮਿਸੇ ਇੱਧਰ ਲਾਈਨ 'ਚ ਖੜੇ ਜੀ ਅੱਛਾ ਲਾਈਨ 'ਚ ਖੜੇ ਨੇ ਚਲੋ ਉਹਨਾਂ ਦੇ ਨਾਲ ਆਪਾਂ ਫਿਰ ਬਾਅਦ ਦੇ ਵਿੱਚ ਗੱਲ ਕਰਦੇ ਹਾਂ ਤੇ ਬਹੁਤ ਬਹੁਤ ਮਿਹਰਬਾਨੀ ਜੀ ਸਾਡੀ ਪੰਡਾਲ ਸਾਹਿਬ ਬੜੀ ਵਧੀਆ ਗੱਲ ਆ ਕਿ ਪ੍ਰਦੇਸ਼ਾਂ ਦੇ ਵਿੱਚ ਅਸੀਂ ਔਰ ਲਹਿੰਦਾ ਪੰਜਾਬ ਚਾਹੇ ਚੜ੍ਹਦਾ ਪੰਜਾਬ ਆ ਇੱਥੇ ਅਸੀਂ ਇੱਕ ਹਾਂ ਚਾਹੇ ਉਹਨਾਂ ਤਾਰਾਂ ਨੇ ਜਿਹੜੀਆਂ ਵੰਡੀਆਂ ਪਾਈਆਂ ਨੇ ਅਤੇ ਅੱਜ ਸ਼ੀਨਾ ਜੂਲਰਸ ਦੇ ਉੱਪਰ ਇਹ ਲੱਗੀਆਂ ਹੋਈਆਂ ਰੌਣਕਾਂ ਅਤੇ ਪੰਡਾਲ ਸਾਹਿਬ ਥੋੜ੍ਹਾ ਆ ਜਿਹਾ ਕੈਮਰਾ ਕਲੋਜ਼ ਕਰਕੇ ਨਾਲ ਰੇਟ ਵੀ ਦਿਖਾਈ ਜਾਓ ਅਤੇ ਰੇਟ ਨਾਲੇ ਆਉਂਦੇ ਇਹਨਾਂ ਵੀਰ ਜੀ ਹੁਣਾਂ ਨੇ ਦੱਸਿਆ ਕਿ ਇਹ ਬਿਲਕੁਲ ਜਿਹੜਾ ਉਹ ਫਾਈਨਲ ਰੇਟ ਆ ਅਤੇ ਨਾਲ ਹੀ ਜਿਹੜਾ ਉਹ ਡਿਸਕਾਊਂਟ ਸਭ ਕੁਛ ਇਹਦੇ ਵਿੱਚ ਅਤੇ ਇਹ ਸੇਲ ਜਿਹੜੀ ਉਹ ਕੱਲ੍ਹ ਵੀ ਸਾਰਾ ਦਿਨ ਚੱਲੇਗੀ 9 ਵਜੇ ਤੋਂ ਲੈ ਕੇ ਅਤੇ 6 ਵਜੇ ਤੱਕ ਅਤੇ ਅੱਜ ਵੀ ਜਿਹੜਾ 6 ਵਜੇ ਤੱਕ ਅਤੇ ਜਿਹੜੇ ਅੱਜ 30 ਨਾਮ ਜਿਹੜੇ ਉਹ ਡਰਾਅ ਦੇ ਵਿੱਚ ਨੇ ਔਰ ਕੱਲ੍ਹ ਵੀ ਸੇਮ ਜਿਹੜੇ ਪਹਿਲੇ 30 ਕਸਟਮਰ ਹੋਣਗੇ ਉਹਨਾਂ ਨੂੰ ਵੀ ਜਿਹੜਾ ਉਹ ਸਪੈਸ਼ਲ ਡਰਾਅ ਦੇ ਵਿੱਚ ਉਹਨਾਂ ਦੇ ਜਿਹੜੇ ਉਹ ਨਾਮ ਪੈਣਗੇ ਸ਼ੀਨਾ ਜੂਲਰਸ 7454 ਸਟੋਕਟਨ ਬੁਲੇਵਾਰਡ ਦੇ ਉੱਪਰ ਅਤੇ ਕੱਲ੍ਹ ਵੀ ਜਿਹੜਾ ਉਹ ਸਾਰਾ ਦਿਨ ਤੁਸੀਂ ਇੱਥੇ ਪਹੁੰਚ ਕੇ ਅਤੇ ਜਿਹੜੀ ਉਹ ਖਰੀਦੋ ਫਰੋਖਤ ਉਹ ਜਿਹੜੀ ਉਹ ਕਰ ਸਕਦੇ ਹੋ ਅਤੇ ਚੱਲ ਰਿਹਾ ਜੀ ਬਿਜ਼ੀ ਕੰਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਆਪਾਂ ਅਸੀਂ ਸੈਕਰਾਮੈਂਟੋ ਤੋਂ ਸੈਕਰਾਮੈਂਟੋ ਤੋਂ ਹਾਂਜੀ ਡਾਊਨਟਾਊਨ ਤੋਂ ਠੀਕ ਆ ਜੀ ਤੇ ਕਿਵੇਂ ਕੁਝ ਆਇਆ ਪਸੰਦ ਕਿ ਹਲੇ ਦੇਖੀ ਜਾ ਰਹੇ ਹੋ ਹਾਂਜੀ ਰਿੰਗ ਲੈਣੀ ਹੈ ਉਹਨੂੰ ਪਹਿਲੇ ਅਸੀਂ ਕਰ ਲਈਏ ਬਾਏ ਜੀ ਚੈਨ ਵਗੈਰਾ ਪਰ ਹੁਣ ਬਸ ਰਿੰਗ ਲੈਣੀ ਹੈ ਓਕੇ ਹੁਣ ਰਿੰਗ ਲੈਣੀ ਆ ਤੇ ਰਿੰਗ ਦਾ ਕਿਵੇਂ ਸਾਈਜ਼ ਨਹੀਂ ਪਸੰਦ ਆ ਰਿਹਾ ਜਾਂ ਸਾਈਜ਼ ਨਹੀਂ ਪੂਰਾ ਆ ਰਿਹਾ ਜਾਂ ਡਿਜ਼ਾਈਨ ਨਹੀਂ ਪਸੰਦ ਆ ਰਿਹਾ ਸਾਈਜ਼ ਵੀ ਪੂਰਾ ਬਸ ਡਿਜ਼ਾਈਨ ਚੂਜ਼ ਕਰ ਰਹੇ ਹਾਂ ਕਿਹੜਾ ਲਈਏ ਨਾ ਠੀਕ ਆ ਜੀ ਤੇ ਕਿੰਨੇ ਕੁ ਨਵੇਂ ਡਿਜ਼ਾਈਨ ਨੇ ਇਹਨਾਂ ਦੇ ਕੋਲ ਤੇ ਕਿੰਨੇ ਕੁ ਜਿਹੜੇ ਉਹ ਤੁਹਾਨੂੰ ਵਧੀਆ ਲੱਗ ਰਹੇ ਨੇ ਸਭ ਵੀ ਬਹੁਤ ਅੱਛੇ ਆ ਪਹਿਲੇ ਨਾਲੋਂ ਤਾਂ ਪਹਿਲੇ ਆਏ ਸੀ ਉਹਨਾਂ ਨਾਲੋਂ ਹੁਣ ਬਹੁਤ ਜ਼ਿਆਦਾ ਚੀਜ਼ਾਂ ਪਈਆਂ ਹੋਈਆਂ ਠੀਕ ਆ ਸਾਰੇ ਹਾਂਜੀ ਡਿਜ਼ਾਈਨ ਵੀ ਬਹੁਤ ਅੱਛੇ ਆ ਸਭ ਵੀ ਪਸੰਦ ਆਏ ਸਾਨੂੰ ਠੀਕ ਆ ਡਿਜ਼ਾਈਨ ਪਸੰਦ ਆ ਤੇ ਜਿਵੇਂ ਅੱਜ ਇਹਨਾਂ ਨੇ ਸੇਲ ਕਹੀ ਆ ਤੇ ਕਿੰਨਾ ਕੁ ਰੇਟ ਦਾ ਡਿਫਰੈਂਸ ਆ ਤੁਹਾਨੂੰ ਲੱਗ ਰਿਹਾ 50% ਆਫ ਲੱਗ ਰਿਹਾ ਸਾਨੂੰ ਤਾਂ ਜ਼ਿਆਦਾ ਹਾਂਜੀ ਕਾਫੀ ਫਰਕ ਹੈ ਪਹਿਲੇ ਨਾਲ ਲਓ ਜੀ ਪੰਡਾਲ ਸਾਹਿਬ 50% ਆਫ ਅਤੇ ਉਹੀ ਗੱਲ ਜਿਵੇਂ ਸਬਜ਼ੀ ਮੰਡੀ ਦੇ ਵਿੱਚ ਹੁੰਦਾ ਜੀ ਲੁੱਟ ਲਓ ਭਾਈ ਨੂੰ ਲੁੱਟ ਲਓ ਭਾਈ ਨੂੰ ਅਤੇ ਅੱਜ ਵਾਕਿਆ ਹੀ ਇਹ ਭਾਈ ਨੂੰ ਲੁੱਟਣ ਵਾਲੀ ਗੱਲ ਹੋਈ ਆ ਜੀ ਸਾਡੇ ਕਸਟਮਰ ਤੁਹਾਡੇ ਸਾਹਮਣੇ ਕਹਿ ਰਹੇ ਨੇ ਕਿ ਰੇਟ ਦੇ ਵਿੱਚ ਕਾਫੀ ਫਰਕ ਔਰ ਡਿਜ਼ਾਈਨ ਜਿਹੜੇ ਉਹ ਨਵੇਂ ਨੇ ਅਤੇ ਬਿਲਕੁਲ ਚਮਕਦੇ ਹੋਏ ਜਿਹੜੇ ਸ਼ੀਸ਼ਿਆਂ ਦੇ ਵਿੱਚ ਜਿਹੜੇ ਉਹ ਡਿਜ਼ਾਈਨ ਵੱਖ ਵੱਖ ਡਿਜ਼ਾਈਨ ਅਤੇ ਬਿਜ਼ੀ ਸਾਡੇ ਸਾਰੇ ਵੀਰ ਕਿਉਂਕਿ ਕਸਟਮਰ ਜਿਹੜੇ ਉਹ ਕਸਟਮਰ ਜਿਹੜੇ ਉਹ ਪਹੁੰਚ ਰਹੇ ਨੇ ਹੁੰਮ ਹੁਮਾ ਕੇ ਅਤੇ ਨਾਲ ਜਿਹੜੇ ਉਹ
छोटे छोटे बच्चे मापियां दे नाल पहुंचे हुए ने ते एदा ही जिहड़ी आप गलबात करदे अगे तुरे जाने ते इस वेले ते साडे नाल ओनर शीना ज्वेलर्स दे मालक साडे सत्कारयोग बहुत पहला तो धन्यवाद जी कि अज इस अमरीकन फैसटिवल के उपर तुसी साडे अपने भाईचारे वास्ते कम्यूनिटी वास्ते एक बड़ी वधिया जिहड़ी उह सेल ते नवे नवे डिजाइन असी बहुत धन्यवाद करते हैं पहला तो तुहाडा ते जी आयां नूं जी। हाँ जी असी जी आया कहने सभी कस्टमर नूं आओ कल दी भी सेल है साडे कोल चार डिंग रिंग डायमंड दी पहला ते 26 उन्हां नूं प्राइज दिते जाएंगे गिफ्ट जी। ये कल दी भी सेल है जी, कल नूं भी आओ अपना इस है जी टाइम सुबह 9 तो शाम दे 6 बजे तक है जी। सुबह 9 तो 6 हाँ जी। लो जी सो बहुत धन्यवाद जी ते अज भी सारा दिन जिहड़ी ओ फिर असीं अपने दर्शकां नूं दस दिंदे आ कि अज भी इह सेल जिहड़ी ओ सारा दिन चलेगी ते कल फिर सेम 9 बजे तो लैके ते 6 बजे तक ते जिहड़े अज आपां 30 तुसीं 30 पहले कस्टमर नूं स्पैशल ड्रॉप डायमंड दी रिंग है जी, 4 डायमंड रिंग, 26 गिफ्ट, 26 स्पैशल गिफ्ट ते कल भी सेम, कल भी सेम है जी। लो जी ਇਹਦਾ ਮਤਲਬ ਕਿ ਕੁੱਲ ਮਿਲਾ ਕੇ 60 ਡਾਇਮੰਡ ਦੀਆਂ ਰਿੰਗਸ ਜਿਹੜੀਆਂ ਤੇ ਨਾਲ 26 52 ਗਿਫਟ, ਹਾਂਜੀ 52 ਗਿਫਟ ਤੇ ਕੁੱਲ ਮਿਲਾ ਕੇ ਹੋ ਗਏ ਜੀ ਪੰਡਾਲ ਸਾਹਿਬ 60। ਮੇਰਾ ਥੋੜ੍ਹਾ ਮੈਥ ਵੀਕ ਆ ਤਾਂ ਹੀ ਮੈਂ ਸੋਨੇ ਦਾ ਕੰਮ ਨਹੀਂ ਕੀਤਾ, ਤਾਂ ਹੀ ਸ਼ੀਨਾ ਸਾਹਿਬ ਜਿਹੜੇ ਉਹ ਇਹਦੇ ਵਿੱਚ ਕਾਮਯਾਬ ਨੇ, ਇਹਨਾਂ ਦਾ ਹਿਸਾਬ ਕਿਤਾਬ ਵਧੀਆ ਹੈ ਤੇ ਇੱਧਰ ਘੁੰਮਦੇ ਘੁਮਾਉਂਦੇ ਦੂਸਰੇ ਪਾਸੇ ਆ ਜਾਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਬਹੁਤ ਧੰਨਵਾਦ ਜੀ ਤੇ ਹਲੇ ਦੇਖ ਰਹੇ ਜੀ ਕਸਟਮਰ ਅਤੇ ਲਾਈਨ ਜਿਹੜੀ ਉਹ ਲੰਮੀ ਲੱਗੀ ਹੋਈ ਕਿਉਂਕਿ ਜਿਹੜੀ ਮੇਨ ਕਾਊਂਟਰ ਵੱਲ ਜਿੱਥੇ ਬਿਲਿੰਗ ਹੁੰਦੀ ਆ ਤੁਸੀਂ ਜਿਹੜੀ ਉਹ ਲਾਈਨ ਆਪ ਦੇ ਸਕਦੇ ਹੋ ਕਿ ਖਰੀਦੋ ਫਰੋਖਤ ਤੋਂ ਬਾਅਦ ਜਿੱਥੇ ਬਿਲਿੰਗ ਹੋ ਰਹੀ ਆ ਅਤੇ ਹੋਰ ਥੋੜ੍ਹੀ ਦੇਰ ਦੇ ਵਿੱਚ ਜਿਹੜੇ ਉਹ ਲੱਕੀ ਡਰੋਅ ਵੀ ਜਿਹੜੇ ਕੱਢੇ ਜਾਣਗੇ ਜਿਸ ਦੇ ਵਿੱਚ ਅੱਜ 4 ਡਾਇਮੰਡ ਰਿੰਗਸ ਜਿਹੜੀਆਂ ਉਹ ਜਿਹੜੇ ਕਸਟਮਰਸ ਲੱਕੀ ਕਸਟਮਰਸ ਨੂੰ ਜਿਹੜੀਆਂ ਦਿੱਤੀਆਂ ਜਾਣਗੀਆਂ। ਸਾਹਮਣੇ ਜਿਹੜੇ ਪਹਿਲੇ 30 ਕਸਟਮਰ ਕੁਛ ਨਾ ਕੁਛ ਜਿਹੜੇ ਉਹ ਖਰੀਦਣਗੇ ਉਹਨਾਂ ਦੇ ਨਾਮ ਇੱਕ ਬਕਸੇ ਦੇ ਵਿੱਚ ਇੱਕ ਬਾਕਸ ਦੇ ਵਿੱਚ ਪਾ ਦਿੱਤੇ ਜਾਣਗੇ ਅਤੇ ਉਸ ਤੋਂ ਬਾਅਦ 4 ਜਿਹੜੇ ਉਹ ਉਹਨਾਂ 'ਚੋਂ ਲੱਕੀ ਕਸਟਮਰ ਜਿਨ੍ਹਾਂ ਦਾ ਨਾਮ ਨਿਕਲੇਗਾ ਉਹਨਾਂ ਨੂੰ ਡਾਇਮੰਡ ਰਿੰਗਸ ਅਤੇ ਬਾਕੀ ਜਿਹੜੇ 26 ਉਹਨਾਂ ਵਾਸਤੇ ਵੀ ਜਿਹੜੇ ਉਹ ਸਪੈਸ਼ਲ ਉਹ ਇਨਾਮ ਜਿਹੜੇ ਉਹਨਾਂ ਦੇ ਹੋਣਗੇ। ਸੋ ਬਾਕੀ ਇਸ ਵੇਲੇ ਤੁਸੀਂ ਜੋਧਬੀਰ ਸਿੰਘ ਅਤੇ ਜਗਦੇਵ ਸਿੰਘ ਪੰਡਾਲ ਦੇ ਨਾਲ ਗਲੋਬਲ ਪੰਜਾਬ ਦੇ ਉੱਪਰ ਪੂਰੀ ਦੁਨੀਆ ਦੇ ਵਿੱਚ ਲਾਈਵ ਦੇਖ ਰਹੇ ਹੋ। ਅੱਜ ਇੱਥੇ ਥੈਂਕਸ ਗਿਵਿੰਗ ਦੇ ਸਪੈਸ਼ਲ ਮੌਕੇ ਦੇ ਉੱਪਰ ਜਿਹੜਾ ਉਹ ਇਹ ਸ਼ੀਨਾ ਜੂਲਰਸ ਦੇ ਵਿੱਚ ਜਿਹੜੀ ਉਹ ਸੇਲ ਲੱਗੀ ਹੋਈ ਆ। ਸੋ ਬਸ ਕੁਝ ਹੀ ਪਲਾਂ ਦੇ ਵਿੱਚ ਜਿਹੜਾ ਉਹ ਆਪਾਂ ਲੱਕੀ ਡਰੋ ਜਿਹੜੇ ਲੱਕੀ ਕਸਟਮਰ ਨੇ ਕਿਉਂਕਿ ਜਿਹੜੇ ਸਵੇਰ ਤੋਂ ਕਸਟਮਰ ਆਏ ਨੇ ਉਹ ਸਵੇਰ ਤੋਂ ਕਸਟਮਰ ਆਏ ਨੇ ਉਹ ਇੱਥੇ ਉਹ ਉਡੀਕ ਕਰ ਰਹੇ ਨੇ ਲੱਕੀ ਡਰੋ ਦੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਕਿਵੇਂ ਹੋ? ਠੀਕ। ਬਾਗੋ ਬਾਗ? ਹਾਂਜੀ। ਤੇ ਕਿਵੇਂ ਕਿਹਦੇ ਨਾਲ ਆਏ ਇੱਥੇ? ਮੈਂ ਆਪਦੀ ਅੰਮੀ ਤੇ ਭੈਣ ਨਾਲ ਆਇਆ। ਅੰਮੀ ਤੇ ਭੈਣ ਨਾਲ ਆਇਆ ਤੇ ਕਿਹੜੀ ਜਗ੍ਹਾ ਤੋਂ ਤੁਸੀਂ? ਸੈਕਰਾਮੈਂਟੋ। ਸੈਕਰਾਮੈਂਟੋ ਤੋਂ ਤੇ ਪਿੱਛੋਂ ਓਰੀਜਨਲੀ ਕਿੱਥੋਂ? ਆਰਿਫ ਵਾਲਾ ਪਾਕਿਸਤਾਨ। ਪਾਕਿਸਤਾਨ ਤੋਂ? ਕਿਉਂਕਿ ਮੈਨੂੰ ਤੁਹਾਡੀ ਲੈਂਗੁਏਜ ਤੋਂ ਲੱਗਾ ਬੜੀ ਬੜੀ ਮਿੱਠੀ ਬੋਲੀ ਆ ਪਾਕਿਸਤਾਨ ਦੀ, ਯੂ ਨੋ ਜਿਹੜੀ ਪੰਜਾਬੀ ਆ। ਹਾਂਜੀ। ਪੂਰੀ ਪੂਰੀ ਪੰਜਾਬੀ ਆਉਂਦੀ ਆ ਥੋੜੀ ਆਉਂਦੀ ਆ? ਥੋੜੀ ਥੋੜੀ ਆਉਂਦੀ ਹੈ ਲੇਕਿਨ ਬੋਲ ਲੈਣਾ। ਬੋਲ ਲੈਣਾ, ਸਮਝ ਵੀ ਲੈਣਾ ਪੂਰੀ। ਓਕੇ ਤੇ ਕੀ ਕੀ ਲੈ ਕੇ ਜਾਣਾ ਫਿਰ ਅੱਜ ਇਥੋਂ? ਆਪਣੇ ਵਾਸਤੇ ਕੁਝ ਲੈ ਕੇ ਜਾਣਾ? ਨਹੀਂ, ਮੇਰੀ ਭੈਣ ਨਹੀਂ ਲੈ, ਮੇਰੀ ਭੈਣ ਨੇ ਆਪਦਾ ਚੀਜ਼ਾਂ ਲੈਣੀਆਂ ਸੀ ਅੰਗੂਠੀ ਤੇ ਏਅਰਿੰਗਸ, ਉਹਨੇ ਉਹ ਲੈ ਲਿਆ, ਹੁਣ ਵੇਟ ਕਰਦਾ ਪਿਆ ਲੱਕੀ ਡਰੋਅ ਦਾ। ਓਕੇ ਓਕੇ, ਲੱਕੀ ਡਰੋਅ ਦੀ ਵੇਟ ਕਰਦਾ ਪਿਆ? ਓਕੇ। ਸੋ ਸੋ ਓਕੇ, ਕਿਵੇਂ ਲੱਗ ਰਿਹਾ ਕਿ ਤੁਹਾਡੀ ਨਿਕਲੇਗੀ ਡਾਇਮੰਡ ਰਿੰਗ? ਵਾਟ ਥਿੰਕ? ਪਤਾ ਨਹੀਂ। ਓਕੇ, ਨਰਵਸ ਹੋਪ ਹੈ। ਓਕੇ। ਸੋ ਜੀ ਹੁਣ ਤੋਂ ਕੁਝ ਭਾਜੀ ਇੰਦਰਜੀਤ ਤਿਆਰ ਨੇ ਜੀ ਬਿਲਕੁਲ ਉੱਧਰ
इंद्रजीत सिंह शीना ते इधर कस्टमर भी सारे लाइन दे विच उड़ीक कर रहे ने। 30 लकी कस्टमर्स उड़ीक कर रहे ने ते इधर जड़ी ओ लकी ड्रॉ निकलन दी जड़ी ओ पूरी तैयारी है जी। सो आपां चलदे आ उधर मेन काउंटर दे उपर क्योंकि खरीदो फरोख्त जिहड़े कस्टमर करी जा रहे ने ते नाल नाल बस हुण बिल्कुल लकी ड्रॉ जिहड़ा ओ हुण तो कुछ ही पलां दे विच ओ कढ़िया जा रहा। सो साडे जिहड़े वीर इंद्रजीत सिंह शीना सो उन्हां वल नूं आपां चलदे आ जिथे लकी ड्रॉ जिहड़ा ओ कढ़िया जावे ते इत्थे बिल्कुल शीना परिवार जिहड़ा सारा इस पासे इस वेले एकत्र हो चुका ते कस्टमर साडे पंडाल साहब एक वारी कैमरा जिहड़ा ओ शॉप दे विच अज बिल्कुल विआह वाले घर वाला माहौल बणिया पिया जी ते गहमा गहमिया ते इधर शीना परिवार ते वीर इंद्रजीत सिंह शीना ओ भी इस वेले कस्टमर्स ਨੂੰ ਭੁਗਤਾ ਰਹੇ ਨੇ ਜੀ ਬਿਲਕੁਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸ਼ੀਨਾ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਇਹ ਸਾਡੇ ਵੀ ਵੱਡੇ ਵੀਰ ਇੰਦਰਜੀਤ ਸਿੰਘ ਸ਼ੀਨਾ ਤੇ ਅੱਜ ਕਾਫੀ ਬਿਜ਼ੀ ਨੇ ਜੀ ਸਵੇਰ ਦੇ ਤੇ ਕਿਵੇਂ ਰਹੀ ਜੀ ਅੱਜ ਦੀ ਫਿਰ ਜਿਹੜੀ ਸੇਲ ਤੇ ਵੈਸੇ ਸੰਗਤ ਦੇਖ ਕੇ ਤਾਂ ਪਤਾ ਲੱਗਦਾ ਪਰ ਕੀ ਰਿਸਪੌਂਸ ਰਿਹਾ ਤੁਹਾਨੂੰ? ਜਿਹੜਾ ਅਸੀਂ ਸੋਚਿਆ ਜੀ ਉਹ ਤੋਂ ਵੱਧ ਕੇ ਪਾਇਆ ਜੀ। ਅੱਛਾ, ਉਹ ਤੋਂ ਸਭ ਨੂੰ ਗਿਫਟ ਦੇਣ ਵਾਸਤੇ ਬੁਲਾਇਆ, ਭੈਣ ਭਰਾਵਾਂ ਨੂੰ ਦਿਖਾਉਣ ਵਾਸਤੇ ਕੀਤੀ ਹੈ ਸੇਲ ਇਹ। ਠੀਕ ਆ ਜੀ, ਲੋਕਾਂ ਨੂੰ ਪਤਾ ਲੱਗੇ ਸਭ ਨੂੰ। ਤੇ ਇਹ ਬਿਲਕੁਲ ਜਿਹੜਾ ਸੇਮ ਅੱਜ 6 ਵਜੇ ਤੱਕ ਚੱਲੇਗਾ ਤੇ ਕੱਲ ਦਾ ਕੀ ਪ੍ਰੋਗਰਾਮ? ਕੱਲੂ ਵੀ ਸਵੇਰੇ ਜੀ ਫਸਟ 30 ਕਸਟਮਰ ਨੂੰ ਉਹਨਾਂ ਦੇ ਵਿੱਚੋਂ 4 ਨੂੰ ਡਾਇਮੰਡ ਦੀ ਰਿੰਗਾਂ ਕੱਢਾਂਗੇ, 26 ਨੂੰ ਗਿਫਟ ਦੇਵਾਂਗੇ ਤੇ ਕੱਲੂ ਵੀ ਸੇਮ ਪ੍ਰਾਈਜ਼ ਚੱਲਣਾ ਸੇਲ ਦਾ ਹੀ। ਠੀਕ ਆ ਜੀ, ਜਿਹੜਾ ਇਹ ਸੋਨੇ ਦਾ ਪ੍ਰਾਈਜ਼ ਆ ਇਹ ਤੁਹਾਨੂੰ ਇੰਡੀਆ ਨਾਲੋਂ ਸਸਤਾ ਪ੍ਰਾਈਜ਼ ਅੱਜ ਦੇ ਰਹੇ ਹਾਂ ਸਾਰਿਆਂ ਨੂੰ। ਟਾਈਮ ਕੱਲੂ ਸਵੇਰੇ 9 ਵਜੇ ਤੋਂ 6 ਵਜੇ ਤੱਕ ਚੱਲਣੀ ਆ ਸੇਲ, ਅੱਜ ਵੀ ਸ਼ਾਮ ਦੇ 6 ਵਜੇ ਤੱਕ ਚੱਲਣੀ ਆ। ਪੁਰਾਣਾ ਸੋਨਾ ਵੀ ਲਿਆਓਗੇ ਉਹਦੇ ਵਿੱਚੋਂ ਵੀ ਕੋਈ ਕਾਟ ਨਹੀਂ ਕੱਢਦੇ ਤੇ ਕੱਲੂ ਵੀ ਲਾਈਵ ਚੱਲਣਾ ਗਲੋਬਲ ਪੰਜਾਬ ਤੇ ਸੇਮ ਟਾਈਮ ਤੇ। ਹੁਣ ਅਸੀਂ ਨਾਮ ਕੱਢ ਰਹੇ ਹਾਂ ਜਿਹੜੇ ਸਾਡੇ 30 ਕਸਟਮਰ ਨੇ ਉਹਨਾਂ ਪਹਿਲੇ ਉਹਨਾਂ ਦੇ ਵਿੱਚੋਂ 4 ਨੂੰ ਡਾਇਮੰਡ ਦੀ ਰਿੰਗਾਂ ਕੱਢ ਰਹੇ ਹਾਂ, ਹੁਣੇ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ। ਲਓ ਜੀ ਹੁਣ ਇਹ ਦੇਖ ਦਿਓ ਕਿਹਦੀ ਨਿਕਲੂ ਲਾਟਰੀ ਵਾਲੀ ਜਿਹੜੀ ਗੱਲ ਆ। ਇੱਕ ਤਾਂ ਸੋਨਾ ਤੇ ਉੱਤੋਂ ਸੋਨੇ ਦਾ ਸੁਹਾਗਾ ਹੋ ਜਾਣਾ ਹੁਣ ਦੇਖਦੇ ਹਾਂ ਜੀ। ਤੇ ਬਾਕੀ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸੱਸਾਂ ਨੌਵਾਂ ਪਹੁੰਚੀਆਂ ਹੋਈਆਂ ਨੇ, ਹੁਣ ਦੇਖਦੇ ਹਾਂ ਜੀ ਕਿ ਕਿਹੜੇ 4 ਲੱਕੀ ਕਸਟਮਰ ਇੱਥੇ ਪਹੁੰਚੇ ਹੋਏ ਨੇ ਤੇ ਹਾਂਜੀ ਇਹ ਤਾਂ ਹੁਣ ਪੰਡਾਲ ਸਾਹਿਬ ਬਾਅਦ 'ਚ ਹੀ ਪਤਾ ਲੱਗੂ ਕਿ ਕਿੰਨੇ ਤੇ ਕਿਹਦੇ ਵਾਸਤੇ ਉਹ ਜਿਹੜਾ ਲੱਕੀ ਕਸਟਮਰ। ਤੋ ਇਹ ਹੈ ਜੀ ਇਹ ਕੁੱਲ ਜਿਹੜੇ 30 ਪਹਿਲੇ ਕਸਟਮਰ, ਸੋ ਉਹਨਾਂ ਦੀ ਵੀ ਇੱਕ ਨੰਬਰ ਘੱਟ ਗਿਆ ਜੀ ਮੇਰਾ ਪਦ ਵਿੱਚ। ਹਾਂਜੀ ਤੇ ਥੋੜ੍ਹਾ ਜਿਹਾ ਇੱਧਰ ਨੂੰ ਤੇ ਨਾਲ ਹੀ ਜਿੰਨੇ ਸਾਡੇ ਗਲੋਬਲ ਪੰਜਾਬ ਦੇ ਦਰਸ਼ਕ ਨੇ ਅਸੀਂ ਫੇਰ ਇੱਕ ਵਾਰੀ ਜਿਹੜਾ ਉਹ ਦੱਸ ਦੇਣਾ ਚਾਹੁੰਦੇ ਹਾਂ ਕਿ ਬਿਲਕੁਲ ਲਾਈਵ ਦੇਖ ਰਹੇ ਹੋ ਤਾਂ ਕੱਲ੍ਹ ਫੇਰ ਇੱਦਾਂ ਹੀ ਇੱਥੇ ਹੋਰ ਨਵਿਆਂ ਚਿਹਰਿਆਂ ਦੇ ਨਾਲ, ਕਿਉਂਕਿ ਜਿਨ੍ਹਾਂ ਨੂੰ ਅੱਜ ਨਹੀਂ ਪਤਾ ਲੱਗਾ ਇੱਥੋਂ ਬੀਬੀਆਂ ਨੇ ਜਾ ਕੇ ਦੱਸਣਾ ਜਿਨ੍ਹਾਂ ਦੀਆਂ ਰਿੰਗਾਂ ਨਿਕਲੀਆਂ, ਫੋਨ ਕਰਕੇ ਰਿਸ਼ਤੇਦਾਰਾਂ ਨੂੰ ਕਿ ਭੈਣਾ ਸੋਨਾ ਵੀ ਸਸਤਾ ਮਿਲਿਆ ਤੋਂ ਰਿੰਗ ਵੀ ਨਿਕਲ ਆਈ ਹੋ। ਸੋ ਭਾਈ ਲੁੱਟ ਲਿਆਂਦਾ ਅੱਜ ਤੇ ਬਿਲਕੁਲ ਭਾਈ ਸ਼ੀਨਾ ਜ਼ਿਲ੍ਹੇ ਨੂੰ ਲੁੱਟ ਲਿਆ ਜੀ ਬਿਲਕੁਲ। ਤੇ ਅੱਜ ਰੈਡੀ ਆ ਜੀ ਬਿਲਕੁਲ ਤੇ ਹਾਂਜੀ ਤੇ ਆਓ ਜੀ ਆਓ ਤੇ ਕੁਝ ਦੇਰ ਵਾਸਤੇ ਜਿਹੜੀ ਉਹ ਖਰੀਦੋ ਫਰੋਖਤ ਜਿਹੜੀ ਉਹ ਰੁਕੀ ਹੋਈ ਆ। ਇਹ 30 30 ਪਰਚੀਆਂ ਤੇ 4 ਜਿਹੜੇ ਉਹ ਚਾਰ ਲੱਕੀ ਕਸਟਮਰ ਹੋਣਗੇ ਇਹਦੇ ਵਿੱਚੋਂ ਤੇ ਬਾਕੀ 26 ਨੂੰ ਵੀ ਜਿਹੜਾ ਸਪੈਸ਼ਲ
वह उपहार वो इनाम मिलेगा। सो परचियां चार सोने दियां रिंग चार डायमंड रिंगा पईयां जी इत्थे। सो इधर इंद्रजीत सिंह शीना ते लो जी, क्योंकि कहिंदे कि बच्चा रब दा रूप हुंदा जी, ते लो जी ਇਹ ਦੇਖਿਓ ਜੀ ਕਿਹਦਾ ਨਿਕਲ ਆਇਆ। ਇਹ ਦੋ ਨੰਬਰ ਵਾਲੇ ਭੈਣ ਜੀ ਤੇ ਇਹ ਸਰਦਾਰ ਸਾਹਿਬ ਐਨਕਾਂ ਵਾਲੇ ਆ ਗਏ ਆ ਸਾਹਮਣੇ। ਮਾਰ ਦਿਓ ਤਾੜੀ, ਤਾੜੀ ਮਾਰ ਦਿਓ ਜੀ, ਤਾੜੀ ਮਾਰ ਦਿਓ। ਹਾਂਜੀ ਤੇ ਆਹ ਦੇਖਿਓ ਜੀ, ਇਹ ਇਹ ਤੋਂ ਬਾਅਦ ਮਿਕਸ ਇੱਕ ਨੰਬਰ ਜੀ, ਆਹ ਆਂਟੀ ਆ ਗਏ ਹਲਾਤੀਆਂ ਜੀ, ਪਰਚੀਆਂ ਇੱਕੀ ਨੰਬਰ ਜੀ। ਤੀਸਰੀ ਜਿਹੜੀ ਉਹ ਡਾਇਮੰਡ ਰਿੰਗ ਇਹ ਗਈ ਆ ਜੀ 21 ਨੰਬਰ ਨੂੰ। ਤੇ ਖਾਤਾ ਕੱਢ ਲੈਂਦੇ ਆ। ਤੇ ਇੱਧਰ ਇੰਦਰਜੀਤ ਵੀਰ ਹੁਣੀ ਜੀ ਦੇਖ ਰਹੇ ਨੇ ਕਿ ਹੁਣ ਜਿਹੜੀ ਤੀਸਰੀ ਡਾਇਮੰਡ ਰਿੰਗ ਕਿਹਦੇ ਖਾਤੇ ਦੇ ਵਿੱਚ ਗਈ ਆ, ਤੇ ਇਹ ਗਈ ਆ ਜੀ ਸ਼ਰਮਾ ਜੀ, ਸ਼ਰਮਾ ਪਰਿਵਾਰ। ਤਾੜੀ ਮਾਰ ਦਿਓ ਜੀ, ਤਾੜੀ ਮਾਰ ਦਿਓ ਸਾਰੇ ਇੱਕ ਵਾਰ। ਹਾਂਜੀ ਇਹਨੂੰ ਇਹ ਹਲਾ ਲਿਓ ਜੀ, ਤੇ ਜਵਾਨ ਨੂੰ ਆਖਿਓ ਵੀ ਥੱਲਿਓਂ ਫੜੇ ਹੁਣ ਇਸ ਵਾਰ। ਚਲੋ ਜੀ, ਇਹ ਚੌਥਾ ਨੰਬਰ ਲੱਕੀ ਨੰਬਰ ਹੈ ਜੀ, 23 ਨੰਬਰ। ਪਰਮਿੰਦਰ ਕੌਰ, ਪਰਮਿੰਦਰ ਕੌਰ ਲਓ ਜੀ, ਚਾਰ ਲੱਕੀ ਕਸਟਮਰ। ਤੇ ਲਓ ਜੀ ਜਿਹੜਾ ਸਮਾਂ ਸਾਡਾ ਲਾਈਵ ਦਾ ਉਹ ਕੁਝ ਹੀ ਪਲ ਬਾਕੀ, ਤੇ ਜਾਂਦੇ ਜਾਂਦਿਆਂ ਤੁਹਾਨੂੰ ਜਿਹੜੀਆਂ ਉਹ ਰਿੰਗ ਜਿਹੜੀਆਂ ਡਾਇਮੰਡ ਰਿੰਗਸ ਚਾਰ ਦਿੱਤੀਆਂ ਜਾਣਗੀਆਂ, ਤੇ ਬਾਕੀ ਜਿੰਨੇ ਬਾਕੀ 26 ਪਹਿਲੇ ਕਸਟਮਰ ਉਹਨਾਂ ਨੂੰ ਜਿਹੜਾ ਉਹ ਵਿਸ਼ੇਸ਼ ਇਨਾਮ ਜਿਹੜੇ ਉਹ ਦਿੱਤੇ ਜਾਣਗੇ। ਤੇ ਜੇਤੂ
ਲੋ ਜੀ ਆ ਬੋਲ ਕੀ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਹਾਡਾ ਵੀ ਗਲੋਬਲ ਪੰਜਾਬ ਦਾ ਥੈਂਕ ਯੂ ਸੋ ਮਚ ਜੀ ਤੇ ਸਮੂਹ ਜਿਹੜਾ ਸ਼ੀਨਾ ਪਰਿਵਾਰ ਗਿਫਟ ਦੇ ਦੇ ਬਾਪੂ ਜਿਹੜਾ ਨੇ ਅੱਜ ਵਧੀਆ ਸੇਲ ਦੇ ਨਾਲ ਜਿਹੜੇ ਗਿਫਟ ਦਿੱਤੇ ਨੇ ਸੋ ਬਾਕੀ ਇਹ ਅੱਜ ਸੇਲ ਚੱਲੇਗੀ ਜੀ 6 ਵਜੇ ਤੱਕ ਅਤੇ ਕੱਲ੍ਹ ਫਿਰ ਸਾਰਾ ਦਿਨ ਅਤੇ ਆਹ ਸਾਡੀਆਂ ਛੋਟੀਆਂ ਭੈਣਾਂ ਵੀ ਇੱਥੇ ਸੇਵਾ ਨਿਭਾ ਰਹੀਆਂ ਨੇ ਡਿਜ਼ਾਇਨ ਵਿਖਾ ਰਹੇ ਨੇ ਸਭ ਨੂੰ ਥੈਂਕ ਯੂ ਸੋ ਮੱਚ ਸਾਰਿਆਂ ਦਾ ਇੱਥੇ ਪਹੁੰਚਣ ਵਾਲੇ ਸਾਡੇ ਸਮੂਹ ਪਰਿਵਾਰਾਂ ਦਾ ਸਾਡੀਆਂ ਭੈਣਾਂ ਦਾ ਸਾਡੀਆਂ ਮਾਤਾਵਾਂ ਦਾ ਨੌਵਾਂ ਸੱਸਾਂ ਦਾ ਅਤੇ ਜਿਹੜੇ ਅੱਜ ਇੱਥੇ ਨਹੀਂ ਪਹੁੰਚ ਸਕੇ ਕੱਲ੍ਹ ਜ਼ਰੂਰ ਸਵੇਰੇ 9 ਵਜੇ ਤੋਂ ਲੈ ਕੇ ਅਤੇ 6 ਵਜੇ ਤੱਕ ਉਹ ਜਿਹੜਾ ਉਹ ਪ੍ਰੋਗਰਾਮ ਚੱਲੇਗਾ ਅਤੇ ਜਾਂਦਿਆਂ ਜਾਂਦਿਆਂ ਦੇਖ ਲਓ ਜੀ ਗਿਫਟ ਦੇ ਰਹੇ ਨੇ ਸਮਾਂ ਜਿਹੜਾ ਲਓ ਜੀ ਆਹ ਗਿਫਟ ਦੇਖ ਲਓ ਜੀ ਤੁਹਾਡੇ ਸਾਹਮਣੇ ਚਾਂਦੀ ਦੀਆਂ ਫੋਟੋਆਂ ਦੇ ਰਹੇ ਹਾਂ ਜੀ ਲਓ ਜੀ ਚਾਂਦੀ ਦੀਆਂ ਤਸਵੀਰਾਂ ਤੇ ਉਹ ਵੀ ਬਾਬੇ ਨਾਨਕ ਦੀਆਂ ਤੇ ਬਾਬਾ ਨਾਨਕ ਕੱਲ ਗੁਰਪੁਰਬ ਸੀ ਜੀ ਬੜੀ ਬਹੁਤ ਧੰਨਵਾਦ ਜੀ ਤੇ ਬੜਾ ਸੋਹਣਾ ਉਪਰਾਲਾ ਜੀ ਮਿੱਟੀ ਧੁੰਦ ਜੱਗ ਚਾਨਣ ਹੋਇਆ ਸੋ ਬਾਬਾ ਨਾਨਕ ਜਿਹਦੇ ਕੱਲ ਬਾਬੇ ਨਾਨਕ ਦਾ ਜਿਹੜਾ ਸਮੂਹ ਸੰਗਤ ਨੇ ਮਨਾਇਆ ਤੇ ਪਿਓਰ ਚਾਂਦੀ ਦੀ ਜਿਹੜੀ ਉਹਨਾਂ ਦੀਆਂ ਤਸਵੀਰਾਂ ਤੋਂ ਬਹੁਤ ਬਹੁਤ ਧੰਨਵਾਦ ਸਮੂਹ ਦਰਸ਼ਕਾਂ ਦਾ ਇੱਥੇ ਸਾਨੂੰ ਦਿਓ ਇਜਾਜ਼ਤ ਆਪਣੇ ਦੋਸਤ ਜੋਤਵੀਰ ਸਿੰਘ ਨੂੰ ਤੇ ਕੈਲੀਫੋਰਨੀਆ ਚੀਫ ਵੱਡੇ ਵੀਰ ਜਗਦੇਵ ਸਿੰਘ ਭੰਡਾਲ ਨੂੰ ਸੋ ਮਿਲਦੇ ਹਾਂ ਜੀ ਕੱਲ੍ਹ ਫਿਰ 9 ਵਜੇ ਤੋਂ ਲੈ ਕੇ ਤੇ 6 ਵਜੇ ਤੱਕ ਪਹੁੰਚੋ ਸੈਕਰਾਮੈਂਟੋ ਸਟੋਕਟਨ ਬੁਲੇਵਾਰਡ ਸ਼ੀਨਾ ਜੂਲਰਸ ਦੇ ਉੱਪਰ ਪਿਆਰ ਭਰੀ ਸਤਿ ਸ਼੍ਰੀ ਅਕਾਲ